ਗੁੱਡ ਮਾਰਨਿੰਗ ਸਟੂਡੈਂਟਸ ਬੇਟਾ ਅਸੀਂ ਅੱਜ ਕਰਨ ਜਾ ਰਹੇ ਆ ਪਾਠਿਕ ਪੰਜਾਬ ਦੇ ਵਿੱਚੋਂ ਵਾਕਾਂ ਦੀ ਰਿਵੀਜ਼ਨ ਠੀਕ ਹੈ ਜਿੰਨੇ ਵੀ ਵਾਕ ਹੋਣਗੇ ਉਹਨਾਂ ਦੀ ਰਿਵੀਜ਼ਨ ਕਰਾਂਗੇ ਸਭ ਤੋਂ ਪਹਿਲੇ ਚੈਪਟਰ ਨੰਬਰ 1 ਦੇ ਵਾਕ ਦੇਖੋ ਜੋ ਮੈਂ ਤੁਹਾਨੂੰ ਕਾਪੀ ਤੇ ਕਰਵਾਈ ਸੀ ਉਹਦੇ ਹਿਸਾਬ ਨਾਲ ਦੇਖ ਲਓ ਪੌਣ ਪਾਣੀ ਪੰਜਾਬ ਦਾ ਪੌਣ ਪਾਣੀ ਬਹੁਤ ਹੀ ਸੁਹਾਵਣਾ ਹੁੰਦਾ ਹੈ ਬੇहिساب ਮੇਰੇ ਕੋਲ ਬੇहिساب ਕਤਾਬਾਂ ਹਨ ਉਮੰਗ ਸਾਡੀ ਖੁੱਲੇ ਅਸਮਾਨ ਵਿੱਚ ਉੱਡ ਜਾਣ ਦੀ ਉਮੰਗ ਹੈ ਲਾਜਵਾਬ ਇਹ ਮਿਠਾਈ ਲਾਜਵਾਬ ਹੈ ਜ਼ਿੰਦਾਬਾਦ ਪੰਜਾਬ ਦੇ ਕਿਸਾਨ ਜ਼ਿੰਦਾਬਾਦ ਰਹਣ ਅਲਵੇਲੇ ਪੰਜਾਬੀ ਬਹੁਤ ਅਲਵੇਲੇ ਹੁੰਦੇ ਹਨ ਫਿਰ ਤੋਂ ਦੇਖ ਲੋ ਪੌਣ ਪਾਣੀ ਪੰਜਾਬ ਦਾ ਪੌਣ ਪਾਣੀ ਬਹੁਤ ਸੁਹਾਵਣਾ ਹੁੰਦਾ ਹੈ ਬੇहिसाब ਮੇਰੇ ਕੋਲ ਬੇहिसाब ਕਿਤਾਬਾਂ ਹਨ ਉਮੰਗ ਸਾਡੀ ਖੁੱਲੇ ਅਸਮਾਨ ਵਿੱਚ ਉੱਡ ਜਾਣ ਦੀ ਉਮੰਗ ਹੈ ਲਾਜਵਾਬ ਇਹ ਮਿਠਾਈ ਲਾਜਵਾਬ ਹੈ ਜ਼ਿੰਦਾਬਾਦ ਪੰਜਾਬ ਦੇ ਕਿਸਾਨ ਜ਼ਿੰਦਾਬਾਦ ਰਹਣ ਅਲਵੇਲੇ ਪੰਜਾਬੀ ਬਹੁਤ ਅਲਵੇਲੇ ਹੁੰਦੇ ਹਨ ਠੀਕ ਹੈ ਉਸ ਤੋਂ ਬਾਅਦ ਬੇਟਾ ਤੁਹਾਡਾ ਅਗਲਾ ਚੈਪਟਰ ਦੇਖੋ थर्ड ਚੈਪਟਰ ਤੇ ਆਜੋ ਤੁਸੀਂ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਇਹਦੇ ਵਿੱਚੋਂ ਦੇਖੋ ਇਹਨਾਂ ਦੇ ਮੇਕ ਸੈਂਟੈਂਸਸ ਦੇਖੋ ਠੀਕ ਹੈ ਜੋ ਮੈਂ ਤੁਹਾਨੂੰ ਕਾਪੀ ਤੇ ਕਰਾਈ ਸੀਗੇ ਉਸ ਹਿਸਾਬ ਨਾਲ ਦੇਖੋ ਸ਼ਹੀਦਾਂ ਦੇ ਸਰਤਾਜ ਦੇ ਠੀਕ ਹੈ ਸਭ ਤੋਂ ਪਹਿਲਾ ਗੁਨਾਹ ਵਿਕਾਸ ਨੂੰ ਬਿਨਾਂ ਕਿਸੇ ਗੁਨਾਹ ਦੇ ਹੀ ਸਜ਼ਾ ਮਿਲ ਰਹੀ ਹੈ ਠੀਕ ਹੈ ਅਗ ਬਬੂਲਾ ਹੋਣਾ ਸੱਚ ਸੁਣ ਕੇ ਜਹਾਂਗੀਰ ਅਗ ਬਬੂਲਾ ਹੋ ਗਿਆ ਅਰਦਾਸ ਭਾਈ ਸਾਹਿਬ ਨੇ ਅਰਦਾਸ ਕੀਤੀ ਵਾਰਸ ਪ੍ਰਿਥੀ ਚੰਦ ਆਪਣੇ ਆਪ ਨੂੰ ਵਾਰਸ ਸਮਝਦਾ ਸੀ ਈਰਖਾ ਕਦੇ ਕਿਸੇ ਨਾਲ ਈਰਖਾ ਨਾ ਕਰੋ ਦਸਵੰਦ ਸਾਨੂੰ ਅਰਜਨ ਦੇਵ ਜੀ ਨੇ ਦਸਵੰਦ ਕੱਡਨ ਦੀ ਪ੍ਰਥਾ ਆਰੰਭ ਕੀਤੀ ਗੁਰੂ ਅਰਜਨ ਦੇਵ ਜੀ ਨੇ ਦਸਵੰਦ ਕੱਢਣ ਦੀ ਪ੍ਰਥਾ ਆਰੰਭ ਕੀਤੀ ਕਬੂਲ ਕਰਨਾ ਚੋਰ ਨੇ ਆਪਣਾ ਗੁਨਾਹ ਕਬੂਲ ਕੀਤਾ ਠੀਕ ਹੈ ਇਹ ਦੇਖੋ ਬੁੱਕ ਦੇ ਉੱਤੇ ਵੀ ਹੈਗੀ ਹੈ ਵਿਕਾਸ ਨੂੰ ਬਿਨਾ ਕਿਸੇ ਗੁਨਾਹ ਦੀ ਸਜ਼ਾ ਮਿਲ ਰਹੀ ਹੈ ਸੱਚ ਸੁਣ ਕੇ ਜਹਾਂਗੀਰ ਅਗਬਬੁਲਾ ਹੋ ਗਿਆ ਪਾਈ ਸਾਹਿਬ ਨੇ ਅਰਦਾਸ ਕੀਤੀ ਪ੍ਰਿਥੀ ਚੰਦ ਆਪਣੇ ਆਪ ਨੂੰ ਵਾਰਿਸ ਸਮਝਦਾ ਸੀ ਕਦੇ ਕਿਸੇ ਨਾਲ ਈਰਖਾ ਨਾ ਕਰੋ ਗੁਰੂ ਅਰਜਨ ਦੇਵ ਜੀ ਨੇ ਦਸਵੰਦ ਕੱਢਣ ਦੀ ਪ੍ਰਥਾ ਆਰੰਭ ਕੀਤੀ ਚੋਰ ਨੇ ਆਪਣਾ ਗੁਨਾਹ ਕਬੂਲ ਕੀਤਾ ਬੇਟਾ ਦੋ ਚੈਪਟਰ ਹੈ ਦੋ ਚੈਪਟਰਾਂ ਦੇ ਅਕੋਰਡਿੰਗਲੀ ਮੈਂ ਤੁਹਾਨੂੰ ਦੋਨਾਂ ਚੈਪਟਰਾਂ ਦੇ ਜਿਹੜੇ ਵਾਕਾਂ ਦੀ ਰਿਵੀਜ਼ਨ ਇਸ ਵੀਡੀਓ ਦੇ ਵਿੱਚ ਕਰਵਾ ਰਹੀ ਹਾਂ ਠੀਕ ਹੈ ਤੇ ਬੇਟਾ ਇਹ ਸਾਰੀ ਦੋਨਾਂ ਦੀ ਹੋਗੀ ਰਿਵੀਜ਼ਨ ਹੁਣ ਇਸ ਤੋਂ ਬਾਅਦ ਤੁਸੀਂ ਆਪਣੇ ਹਰ ਇੱਕ ਵਾਕ ਨੂੰ ਧਿਆਨ ਦੇ ਨਾਲ ਪੜ੍ਹ ਕੇ ਅਗਰ ਤੁਸੀਂ ਆਪਣੇ ਬਣਾ ਸਕਦੇ ਤੇ ਆਪਣੇ ਵੀ ਬਣਾ ਸਕਦੇ ਹੋ ਆਪਣੇ ਪੇਰੈਂਟਸ ਦੇ ਹੈਲਪ ਦੇ ਨਾਲ ਜੇ ਤੁਸੀਂ ਹੋਰ ਇਜ਼ੀ ਤੋਂ ਇਜ਼ੀ ਬਣਾਉਣਾ ਚਾਹੁੰਦੇ ਹੋ ਤੇ ਉਹ ਵੀ ਬਣਾ ਸਕਦੇ ਹੋ ਠੀਕ ਹੈ ਯੂ ਕੈਨ ਮੇਕ ਯਰ ਓਨ ਸੈਂਟੈਂਸਿਸ ਬੇਟਾ ਪਰ ਠੀਕ ਹੋਣੇ ਚਾਹੀਦੇ ਆ ਠੀਕ ਹੈ ਹੁਣ ਬੜੇ ਧਿਆਨ ਨਾਲ ਸਾਰਿਆਂ ਨੇ ਦੋਨਾਂ ਚੈਪਟਰਾਂ ਦੀ ਰਿਵੀਜ਼ਨ ਜਿਹੜੀ ਆ ਉਹ ਕਰਨੀ ਹੈ ਠੀਕ ਹੈ ওকে